ਅਸਲਾਮ ਵਾਲੇਕੁਮ, ਤੁਸੀਂ ਦੇਖ ਰਹੇ ਹੋ ਮੁਰਤਜ਼ਾ ਟੀਵੀ। ਤੁਹਾਡੇ ਵਾਸਤੇ ਲੈ ਕੇ ਆਇਆ ਅੱਜ ਇੱਕ ਬੈਂਸ। ਕੈਮਰਾਮੈਨ ਸਾਹਿਬ ਮੇਰੇ ਦਿਖਾਏਗਾ ਉਹਨੂੰ। ਕੈਮਰਾਮੈਨ ਸਾਹਿਬ, ਬੈਂਸ ਦਿਖਾਓ। ਇਹਨੂੰ ਬੋਲਦੇ ਨੇ ਜੀ ਪੰਜ ਕਲਿਆਣੀ ਮੈਂ, ਕਿਉਂਕਿ ਬੱਲੇ ਮਾਥੇ ਵਾਲੀ ਵੀ ਬੋਲਦੇ ਨੇ ਕੋਈ ਦੋਸਤ। ਚਿੱਟੀਆਂ ਅੱਖਾਂ ਨੇ, ਮੁੱਛ ਵੀ ਲੈ ਕੇ ਇੰਨਾ ਤੀਕਰ ਚਿੱਟਾ, ਉਦੋਂ ਸਫੈਦ ਮੱਥਾ ਸਫੈਦ ਹੈ। ਇਹਨੂੰ ਬਿੱਲੀਆਂ ਅੱਖਾਂ ਦੀ ਵੀ ਬੋਲਦੇ ਨੇ, ਚਿੱਟੀਆਂ ਅੱਖਾਂ ਦੀ ਵੀ ਬੋਲਦੇ ਨੇ। ਮਾਸ਼ਾਅੱਲਾ ਸੋਹਣੀ। ਮੈਂ ਕੈਮਰਾਮੈਨ ਸਾਹਿਬ ਥੰਨ ਦਿਖਾਏ, ਮਾਸ਼ਾਅੱਲਾ ਗਿੱਠ ਗਿੱਠ ਦਾ ਵਿਰ ਲੈ, ਉੱਠ ਭਰ ਥੰਨ ਨੇ, ਸੋਹਣੇ ਥੰਨ ਨੇ। ਕੈਮਰਾਮੈਨ ਸਾਹਿਬ ਪਿੱਛੋਂ ਦਿਖਾਓ, ਮਾਸ਼ਾਅੱਲਾ ਚੰਗਾ ਚੱਡਾ ਲਿਖ ਲਈ ਮੈਂ। ਇੱਧਰੋਂ ਕੈਮਰਾਮੈਨ ਸਾਹਿਬ ਥੱਲੇ ਨੇੜੇ ਕਰਦੇ, ਦਿਖਾਓ ਥੰਨ। ਮਾਸ਼ਾਅੱਲਾ ਇੱਕ ਘੱਡੀ ਦੀ ਉੱਤੋਂ ਕੈਮਰਾਮੈਨ ਸਾਹਿਬ ਉੱਤੋਂ ਦਿਖਾਏ, ਇੱਕ ਘੱਡੀ ਦੀ ਮੈਂ। ਮਾਸ਼ਾਅੱਲਾ ਸੋਹਣੀ ਪਤਲੀ ਪੂਛ, ਬਿਲਕੁਲ ਚਿੱਟੀ, ਅੱਧੀ ਪੂਛ ਚਿੱਟੀ ਹੈ ਅਤੇ ਅੱਧੀ ਕਾਲੀ ਹੈ। ਕੈਮਰਾਮੈਨ ਸਾਹਿਬ ਪਿੱਛੋਂ ਦਿਖਾਓ, ਪਿੱਛੋਂ ਦਿਖਾਓ, ਪਿੱਛੋਂ। ਅਜੇ ਪੁੜੇ ਛੁੜੇ ਨਹੀਂ ਬੰਨੇ, ਚੰਗਾ ਚੱਡਾ ਥੱਬੇ ਦੀ ਮਾਲਕ ਕਹਿੰਦੇ ਨੇ ਬਣਾ ਦੀ। ਉਸਤਾਦ ਜੀ ਇੱਧਰ ਆਇਆ ਜੇ, ਟੋਰ ਤੋਂ ਦਿਖਾਇਆ ਜੇ ਥੋੜ੍ਹੀ ਜਿਹੀ। ਮਾਸ਼ਾਅੱਲਾ ਸੀਲ, ਮੈਂ ਸੋਹਣੀ ਸੀਲ, ਪੈਰ ਖੋਰ ਚਿੱਟੇ ਨੇ ਪਿਛਲੇ। ਕੈਮਰਾਮੈਨ ਸਾਹਿਬ ਪਿੱਛੋਂ ਦਿਖਾਓ, ਪਿੱਛੋਂ। ਮਾਸ਼ਾਅੱਲਾ ਚੰਗਾ ਚੱਡਾ ਲਈ ਖੜੀ। ਦੂਜੀਆਂ ਗੱਲਾਂ ਪੁੱਛਾਂਗੇ ਮਾਲਕ ਕੋਲੋਂ। ਚੱਲ ਮਾਲਕ ਸਾਹਿਬ ਇੱਧਰ ਆਓ। ਹਾਂ, ਗੁੰਡੇ ਸਿੰਘ ਨੇ ਜਾਨੀ ਸ਼ਾਨੀ ਮਾਸ਼ਾਅੱਲਾ ਤੁਸੀਂ ਪਾਈ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ। ਮਾਸ਼ਾਅੱਲਾ ਬੜੀ ਮੈਂ ਉਹਨੂੰ ਗਾਨੀ ਸ਼ਾਨੀ ਪਾਈ। ਹਾਂਜੀ। ਅੱਛਾ ਭਾਈ ਜਾਨ, ਇਹ ਕਿਨਵੇਂ ਸੁਭੇ? ਇਹ ਦੂਜਾ ਸੁਭਾ ਸੁਣਦੀ ਮੇਰਾ ਵੀ। ਦੂਜਾ ਸੁਭਾ ਸੁਣਦੀ ਹੈ? ਹਾਂਜੀ। ਮੈਨੂੰ ਨਹੀਂ ਲੱਗਦੀ ਯਾਰ ਦੂਜਾ ਸੁਭਾ ਸੁਣਦੀ। ਦੂਜਾ ਸੁਭਾ ਸੁਣਦੀ ਮੈਂ ਨਾ ਸਾਡੇ ਘਰ ਦੀ। ਪੱਕੀ ਗੱਲ? ਹਾਂ ਪੱਕੀ ਗੱਲ। ਅੱਛਾ ਭਾਈ ਜਾਨ, ਇਹ ਪਹਿਲੇ ਸੁਭੇ ਦਾ ਕਿੰਨਾ ਦੁੱਧ ਸੀ? ਪਹਿਲੇ ਸੁਭੇ ਦਿੰਦੀ ਰਹੀ ਜੀ 12-13 ਕਿਲੋ ਦੁੱਧ, ਦੋ ਟਾਈਮਾਂ। ਦੋ ਟਾਈਮਾਂ ਦਾ? ਹਾਂਜੀ। ਹਾਂ, ਅਕਸਰ ਛੁੱਟੀਆਂ ਕਰਨਾ ਚਾਹੀਦਾ, ਕਰਦੀਆਂ ਵੀ ਨੇ ਛੁੱਟੀਆਂ। ਅੱਛਾ ਭਾਈ ਜਾਨ, ਹੁਣ ਦੁੱਧ ਕਿੰਨਾ ਕਰੇ ਜੀ? ਹੁਣ ਇਹ ਜੀ ਅੱਲਾ ਦੇ ਹੁਕਮ ਨਾਲ 15-16 ਕਿਲੋ ਆਰਾਮ ਨਾਲ ਦੁੱਧ ਕਰੇ ਜੀ। ਪੱਕੀ ਗੱਲ? ਹਾਂਜੀ। ਅੱਛਾ ਭਾਈ ਜਾਨ, ਇਹ ਕਿਹੜੀ ਨਸਲ ਕਿਹੜੀ ਜੀ? ਇਹ ਜੀ ਨੀਲੀ ਦੀ ਮੱਝ। ਨੀਲੀ ਦੀ ਮੱਝ? ਹਾਂਜੀ। ਅੱਛਾ ਭਾਈ ਜਾਨ, ਇਹਦਾ ਕੋਈ ਪਿਆਰ ਮੁਹੱਬਤ ਵਾਲਾ ਮੁੱਲ ਦੱਸੋ ਸਾਨੂੰ। ਇਹਦਾ ਮੁੱਲ ਜੀ ਲੋਕਾਂ ਵਾਸਤੇ ਤਾਂ ਜਿਵੇਂ ਮਰਜ਼ੀ ਕਰ ਲਈ, ਤੁਹਾਡੇ ਵਾਸਤੇ 2,30,000। ਭਾਈ ਜਾਨ ਬਹਾਦਰੋਂ ਯਾਰ, ਕੋਈ ਖਿਆਲ ਕਰ, ਗਰਮੀ ਵੇਖ ਤੂੰ ਕਿੰਨੀ। ਬਹਾਦਰੋਂ ਤਾਂ ਐ ਮੇਰਾ ਵੀਰ ਮਾਝ ਬਾਹਰ ਦਿੰਦਾ ਕੋਈ ਨਹੀਂ, ਹਕੂਮਤ ਵੇਖ ਲਓ ਤੂੰ ਕਹਿੰਦੀ। ਭਾਈ ਜਾਨ, ਉਹ ਤਾਂ ਮੰਨਦੇ ਹਾਂ ਹਕੂਮਤ ਮਾਲ ਖਾਂ ਦੀ ਹੈ, ਲੇਕਿਨ ਮਹਿੰਗਾਈ ਵੀ ਹੈ, ਲੇਕਿਨ ਤੁਸੀਂ ਸਾਡੇ ਨਾਲ ਪਿਆਰ ਮੁਹੱਬਤ ਕਰੋ ਨਾ। ਅਸੀਂ ਗਰਮੀ 'ਚ ਆਏ ਹਾਂ ਯਾਰ, ਇੰਨਾ ਬੰਦ ਕਰ। ਜਿਵੇਂ ਤੁਹਾਨੂੰ ਚੰਗੀ ਲੱਗਦੀ ਜੀ ਉਵੇਂ ਤੁਸੀਂ ਲੈ ਜਾਓ। ਕੀ ਪਿਆਰ ਮੁਹੱਬਤ ਹੈ? ਤੁਹਾਡੇ ਵਾਸਤੇ ਪਿਆਰ ਮੁਹੱਬਤ ਹੈ, ਤੁਹਾਨੂੰ 10,000 ਰੁਪਇਆ ਛੱਡ ਦਿਆਂ ਬਸ। ਹਾਂਜੀ, ਅਸੀਂ ਹੋਰ ਵੀ ਕਰਵਾਉਣਾ। ਚਲੋ ਉਹ ਤੁਹਾਡੇ ਨੂੰ ਹੋਰ ਵੀ ਕਰ ਲਾਂਗੇ। ਚਲੋ ਠੀਕ ਹੈ ਭਾਈ ਜਾਨ, ਆਪਾਂ ਮੱਝ ਲੈ ਲਾਂਗੇ। ਕੋਈ ਕਿਸੇ ਦੋਸਤ ਨੂੰ ਮੇਰੇ ਨੂੰ ਪਸੰਦ ਆਈ ਹੋਵੇ, ਮੇਰੇ ਨਾਲ ਰਾਬਤਾ ਕਰ ਲੈਣ, ਰਾਬਤਾ ਨੰਬਰ ਉੱਤੇ ਦਿੱਤਾ ਹੁੰਦਾ ਸਾਡਾ। ਦੂਸਰਾ ਇਹ ਕਿ ਦੋਸਤਾਂ ਨੂੰ ਸ਼ੇਅਰ ਵੀ ਕਰਨਾ, ਬੈਲ ਦਾ ਬਟਨ ਵੀ ਦਬਾਉਣਾ ਕਿ ਆਉਣ ਵਾਲੀ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ। ਅੱਛੀ ਤੋਂ ਅੱਛੀ ਵੀਡੀਓ ਇਨਸ਼ਾਅੱਲਾ ਅਗਲੀ ਲੈ ਕੇ ਆਵਾਂਗੇ। ਖੁਦਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।